ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਪੰਜਾਬੀ ਕਿਸਾਨ ਸੰਘਰਸ਼ ਮੋਰਚੇ ਦੌਰਾਨ ਕੱਲ 27 ਤਰੀਕ ਨੂੰ ਕਿਸਾਨਾਂ ਤੇ ਪੁਲਿਸ ਦੇ ਵਿਚਕਾਰ ਝੜਪ ਹੋਈ। ਉਸ ਝੜਪ 'ਚ ਕੁਝ ਨੈਸ਼ਨਲ ਮੀਡੀਆ ਵੱਲੋਂ ਇਹ ਕਿਹਾ ਗਿਆ ਕਿ ਜਿਹੜੇ ਪੱਥਰ ਨੇ ਉਹ ਨੌਜਵਾਨਾਂ ਨੇ ਪੁਲਿਸ ਦੇ ਉੱਪਰ ਚਲਾਏ ਨੇ, ਪੁਲਿਸ ਦੇ ਫੌਜ ਦੇ ਉੱਪਰ ਚਲਾਏ ਨੇ। ਪਰ ਇਸਦੀ ਸੱਚਾਈ ਕੀ ਹੈ ਜੀ, ਅਸਲੀਅਤ ਕੀ ਹੈ? ਕੁਝ ਨੌਜਵਾਨ ਸਾਡੇ ਨਾਲ ਨੇ ਜਿਨ੍ਹਾਂ ਦੇ ਉੱਪਰ ਕੱਲ੍ਹ ਪੱਥਰ ਚੱਲੇ, ਜਿਨ੍ਹਾਂ ਨੂੰ ਸੱਟਾਂ ਲੱਗੀਆਂ, ਉਹ ਮਿਲਾਉਂਦੇ ਹੋ? ਬਾਈ ਜੀ ਕਿੱਥੋਂ ਆਏ ਹੋ ਜੀ? ਸਤਿ ਸ਼੍ਰੀ ਅਕਾਲ ਜੀ, ਮੈਂ ਜੀ ਸ਼ਾਹਪੁਰ, ਪਿੰਡ ਸ਼ਾਹਪੁਰ ਆ ਮੇਰਾ। ਹਾਂਜੀ, ਪਾਇਲ ਹਲਕਾ ਪਾਇਲ ਜੀ। ਪਾਇਲ ਹਲਕਾ ਜੀ। ਤੁਸੀਂ ਕਦੋਂ ਤੁਰੇ ਸੀ, ਕਦੋਂ ਪਹੁੰਚੋ ਫਿਰ? ਮੈਂ ਜੀ ਕਿਉਂਕਿ ਮੈਂ ਬਟਾਲੇ ਰਹਿੰਦਾ ਹਾਂ, ਇਸ ਕਰਕੇ ਮੈਂ ਬਟਾਲੇ ਸੀਗਾ ਅਤੇ ਮੈਂ 24 ਤਰੀਕ ਨੂੰ ਆ ਗਿਆ ਸੀਗਾ ਸ਼ੰਭੂ ਮੋਰਚੇ 'ਤੇ ਜੀ। ਸ਼ੰਭੂ ਮੋਰਚੇ 'ਤੇ 24 ਨੂੰ ਆ ਗਏ ਸੀ ਜੀ। 24 ਨੂੰ ਉੱਥੋਂ ਚੱਲੇ? 24 ਨੂੰ ਚੱਲੇ ਤੁਸੀਂ? ਹਾਂਜੀ, 26 ਨੂੰ 26 ਨੂੰ ਚੱਲੇ ਜੀ, ਕਿਉਂਕਿ ਉਹਨਾਂ ਨੇ ਉੱਥੇ 25 ਤਰੀਕ ਨੂੰ ਬੈਰੀਕੇਡ ਨਹੀਂ ਸੀ ਲਾਏ। ਕਹੀ ਤਾਂ ਜਾਂਦੇ ਸੀ ਲੋਕ ਵੀ ਜਾਣਾ, ਪਰ ਨਹੀਂ, ਕਿਉਂ ਜਿਸ ਹਿਸਾਬ ਨਾਲ ਦੀਪ ਭਾਅ ਜੀ ਦੀ ਕੌਲ ਸੀਗੀ, ਆਪਣੀ ਕਿਸਾਨ ਯੂਨੀਅਨ ਦੀ ਸਾਰੀ ਕਿਸਾਨ ਇਕੱਤੀ ਜਥੇਬੰਦੀਆਂ ਨੂੰ ਜਿਸ ਹਿਸਾਬ ਨਾਲ ਕੌਲ ਸੀਗੀ ਕਿ ਜਾਣਾ ਅਸੀਂ 26 ਤਰੀਕ ਨੂੰ ਹੀ ਆ, ਅਤੇ 26 ਤਰੀਕ ਨੂੰ ਜਦੋਂ ਬੈਰੀਅਰ ਸ਼ੁਰੂ ਹੋ ਗਏ ਸੀ, ਉੱਥੋਂ ਆਪਾਂ ਮਤਲਬ ਕੰਮ ਸ਼ੁਰੂ ਕਰਤਾ ਸੀ ਜੀ ਆਉਣ ਦਾ। ਆਉਣ ਦਾ ਸ਼ੁਰੂ ਕਰਤਾ ਸੀ? ਫਿਰ ਤੁਸੀਂ ਸਾਰੇ ਜਥੇਬੰਦੀਆਂ ਦੇ ਨਾਲ ਆਇਓ? ਹਾਂਜੀ ਹਾਂਜੀ ਹਾਂਜੀ। ਜਿਹੜੇ ਟੋਏ ਪੂਰਦੇ ਆਏ ਉਹ ਸਾਰੇ? ਜੀ ਸਾਰੇ ਟੋਏ ਪੂਰਦੇ ਆਏ ਜੀ, ਕਿਉਂਕਿ ਮੈਂ ਵੀ ਕਿੱਤੇ ਵਜੋਂ ਜੀ ਲਾਈਵ ਸਟੋਰੀ ਆਰ ਕੇ ਚਹਿਲ, ਕਿੱਤੇ ਵਜੋਂ ਮੈਂ ਵੀ ਰਿਪੋਰਟਰ ਹਾਂ, ਪੱਤਰਕਾਰ ਹਾਂ, ਪਰ ਮੇਰਾ ਨਹੀਂ ਸੀ ਦਿਲ ਕਰਦਾ ਕਿ ਮੈਂ ਜ਼ਿਆਦਾ ਪੱਤਰਕਾਰੀ ਕਰਨਾ ਵਾ। ਫਿਰ ਤਾਂ ਪੱਤਰਕਾਰ ਵੀ ਨਹੀਂ ਬਚੇਗਾ? ਨਹੀਂ, ਬਿਲਕੁਲ ਨਹੀਂ, ਮੇਰਾ ਨਹੀਂ ਸੀ ਮਨ ਕਰਦਾ ਕਿ ਮੈਂ, ਤੁਸੀਂ ਪੱਤਰਕਾਰ ਬਣ ਕੇ? ਨਹੀਂ, ਮੈਂ ਪੱਤਰਕਾਰ, ਮੈਂ ਕਿਸਾਨ ਬਣ ਕੇ ਆਇਆ ਸੀ। ਪੱਤਰਕਾਰੀ ਦਾ ਹਾਂ ਮੇਰੇ ਕੋਲ ਹੱਕ ਆ, ਆਪਣਾ ਰਾਈਟਸ ਰੱਖਣ ਦਾ, ਬੋਲਣ ਦਾ, ਪਰ ਮੈਂ ਆਇਆ ਸਿਰਫ ਇੱਥੇ ਪੱਤਰਕਾਰ ਬਣ ਕੇ ਨਹੀਂ ਸੀ, ਮੈਂ ਕਿਸਾਨ ਬਣ ਕੇ ਆਇਆ ਸੀ। ਪਰ ਪੱਤਰਕਾਰ ਜੇ ਮੈਂ ਹੈਗਾ ਹਾਂ ਤਾਂ ਮੈਂ ਆਪਣੇ ਲਾਈਵ ਸਟੋਰੀ ਫੇਸਬੁੱਕ 'ਤੇ ਜਾਂ ਕਿਸੇ ਵੀ ਮਾਧਿਅਮ ਰਾਹੀਂ ਮੈਂ ਲਾਈਵ ਹੋ ਕੇ ਚੀਜ਼ ਦਿਖਾ ਸਕਦਾ ਸੀ ਕਿ ਕਿਸਾਨਾਂ ਨਾਲ ਕਿੱਦਾਂ ਤਸ਼ੱਦਦ ਹੋ ਰਿਹਾ ਹੈ। ਫਿਰ ਇੱਥੋਂ ਤੱਕ ਪਹੁੰਚੇ ਅਤੇ ਹੋਇਆ ਕੀ ਸੀ ਗੱਲ? ਹੋਇਆ ਜੀ ਇੱਦਾਂ, ਜਦੋਂ ਕੁੰਡਲੀ ਸੰਘੂ ਮੋਰਚਾ ਜਿਹੜਾ ਜਿੱਥੇ ਆ ਕੇ ਬਿਲਕੁਲ ਹੱਦ ਸ਼ੁਰੂ ਹੁੰਦੀ ਆ, ਦਿੱਲੀ ਦੀ ਹੱਦ ਸ਼ੁਰੂ ਹੁੰਦੀ ਆ, ਇੱਥੇ ਇਹਨਾਂ ਨੇ ਰੋਕਿਆ ਸੀ, ਅਥਰੂ ਗੈਸ ਦੇ ਗੋਲੇ ਬਹੁਤ ਸਟਾਰਟ ਕੀਤੇ ਨੇ, ਸ਼ੁਰੂ ਕੀਤਾ ਇਹਨਾਂ ਨੇ, ਅਤੇ ਮੈਂ ਉੱਥੋਂ ਲਾਈਵ ਹੋ ਕੇ ਆਪਣੇ ਫੇਸਬੁੱਕ ਤੋਂ ਦਿਖਾਉਣਾ ਸ਼ੁਰੂ ਕਰਤਾ ਸੀਗਾ। ਕਿਤੇ ਨਾ ਕਿਤੇ ਮੈਂ ਇਹਨਾਂ ਦੀਆਂ ਅੱਖਾਂ 'ਚ ਰੜਕਣ ਲੱਗ ਗਿਆ, ਸਾਰੇ ਫੌਜੀਆਂ ਦੇ ਜਾਂ ਜਿੰਨੇ ਵੀ ਪੁਲਿਸ ਵਾਲੇ ਸੀਗੇ ਹਰਿਆਣੇ ਦੇ, ਇਹਨਾਂ ਦੀ ਅੱਖਾਂ 'ਚ ਰੜਕਦਾ ਸੀ ਵੀ ਇਹ ਮੁੰਡਾ ਕਰ ਕੀ ਰਿਹਾ ਆ। ਜਦੋਂ ਮੁੰਡਿਆਂ ਨੇ ਸ਼ਾਂਤੀਪੂਰਵਕ, ਜਿਹਨੂੰ ਕਹਿੰਦੇ ਹੁੰਦੇ ਸ਼ਾਂਤੀਪੂਰਵਕ, ਮੈਂ ਇੱਕ ਸੱਚ ਗੱਲ ਕਹਿਣੀ ਚਾਹੁੰਦਾ ਸਾਰੀ ਮੀਡੀਆ ਨੂੰ, ਸਾਰੀ ਆਵਾਮ ਨੂੰ, ਪੂਰੇ ਹਿੰਦੁਸਤਾਨ ਨੂੰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਇਹਨਾਂ ਦੇ ਆਪਦੇ ਬੰਦੇ, ਕੁਛ ਖਾਸ ਬੰਦੇ ਇਹਨਾਂ ਦੇ ਆਪਦੇ ਬੰਦੇ ਹੁੰਦੇ ਨੇ, ਜਿਹੜੇ ਹੁੱਲੜਬਾਜ਼ੀ ਕਰਦੇ ਨੇ, ਉੱਧਰੋਂ ਛੱਡੇ ਜਾਂਦੇ ਨੇ ਅਤੇ ਉਹ ਹੁੱਲੜਬਾਜ਼ੀ ਕਰਦੇ ਨੇ ਅਤੇ ਨਾਮ ਲੱਗ ਜਾਂਦਾ ਆ, ਆਮ ਕਿਸਾਨ ਦਾ ਨਾਮ ਲੱਗ ਜਾਂਦਾ ਜੀ। ਪਰ ਉਹ ਮੀਡੀਆ ਦਾ ਕਹਿ ਰਿਹਾ ਕਿ ਹੁੱਲੜਬਾਜ਼ੀ ਨੌਜਵਾਨਾਂ ਨੇ, ਕਿਸਾਨਾਂ ਨੇ ਕੀਤੀ ਹੈ, ਇਹ ਕਿੱਦਾਂ ਹੋ ਸਕਦਾ? ਤੁਸੀਂ ਆਪੇ ਦੱਸੋ, ਜਦੋਂ ਬੈਰੀਗੇਡ ਪੱਟ ਰਹੇ ਨੇ ਕਿਸਾਨ, ਪੱਟ ਕੇ ਗਾਹਾਂ ਆ ਰਹੇ ਨੇ, ਇੱਕ ਉਂਗਲੀ ਤੱਕ ਨਹੀਂ ਫੌਜੀ ਪੁਲਿਸ ਵਾਲਾ ਇੱਕ ਉਂਗਲੀ ਤੱਕ ਨਹੀਂ ਲਾ ਰਿਹਾ ਉਹਨਾਂ ਬੰਦਿਆਂ ਨੂੰ, ਇਹਦਾ ਮਤਲਬ ਕੀ ਤੁਸੀਂ ਸੋਚ ਸਕਦੇ ਹੋ ਕਿ ਉਹ ਸਾਡੇ ਨਾਲ ਦੇ ਬੰਦੇ ਨੇ? ਜੇ ਜਿਸ ਤਰੀਕੇ ਨਾਲ ਉਹ ਫਤਿਹ ਕਰਦੇ ਆ ਰਹੇ ਨੇ, ਪਰ ਕਿਸਾਨਾਂ ਦਾ ਆਪਣਾ ਇੱਕ ਤਰੀਕਾ ਹੁੰਦਾ ਆ, ਉਹਨਾਂ ਨੇ ਕਹਿਣਾ ਕਿ ਨਹੀਂ ਅਸੀਂ ਵਾਪਸ ਵੀ ਨਹੀਂ ਜਾਣਾ, ਪਰ ਅਸੀਂ ਅੱਗੇ ਵੀ ਨਹੀਂ ਜਾਣਾ। ਉਹ ਕਿਸਾਨ ਉਸ ਤੋਂ ਜਿਹੜਾ ਲਾਸਟ ਬੈਰੀਗੇਡ ਰਹਿ ਗਿਆ ਸੀਗਾ, ਉਹ ਭੰਨ ਕੇ ਅੱਗੇ ਨਹੀਂ ਆਏ, ਉਹ ਉੱਥੇ ਹੀ ਆਪਣਾ ਬਹਿ ਗਏ ਸ਼ਾਂਤੀਪੂਰਵਕ, ਕਿਉਂਕਿ ਉਹ ਸਿਰਫ ਇਹਨਾਂ ਨੂੰ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਗੱਲ ਜਿਹੜੀ ਹੋਣੀ ਉਹ ਟੇਬਲ ਟਾਕ 'ਤੇ ਹੋਣੀ ਆ, ਉਸ ਤੋਂ ਬਿਨਾਂ ਕੋਈ ਗੱਲ ਨਹੀਂ ਹੋ ਸਕਦੀ। ਪਰ ਤੁਹਾਡੇ ਨਾਲ ਕੀ ਹੋਇਆ ਸੀ? ਮੇਰੇ ਨਾਲ ਹੀ ਉੱਥੇ ਜਦੋਂ ਹੁੱਲੜਬਾਜ਼ੀ ਸ਼ੁਰੂ ਹੋ ਗਈ, ਇੱਕ ਇੰਸਪੈਕਟਰ ਸੀ, ਪੁਲਿਸ ਮੁਲਾਜ਼ਮ ਸੀਗਾ ਹਰਿਆਣੇ ਤੋਂ ਜਾਂ ਦਿੱਲੀ ਦਾ ਸੀਗਾ, ਉਹਦਾ ਵਜ਼ਨ ਘੱਟੋ ਘੱਟ 1 ਕੁਇੰਟਲ 10 ਕਿਲੋ ਵਜ਼ਨ ਹੋਣਾ ਜੀ ਉਹਦਾ। ਉਹਦਾ ਪੈਰ ਪੂਰਾ ਪਾੜ ਗਿਆ ਸੀ ਅਤੇ ਮੁੰਡਿਆਂ ਤੋਂ ਚੱਕਿਆ ਨਹੀਂ ਜਾ ਰਿਹਾ ਸੀ ਉਹ ਤੋਂ, ਅਤੇ ਮੈਂ ਹੀ ਉਹਨੂੰ ਫੜ ਕੇ ਉਹਦੇ ਨਾਲ ਚੁਕਾ ਕੇ ਉਹਨੂੰ 400 ਮੀਟਰ 500 ਮੀਟਰ ਜਾ ਕੇ ਉਹਨੂੰ ਐਂਬੂਲੈਂਸ ਦੇ ਵਿੱਚ ਪਾ ਕੇ ਆਇਆ। ਪੁਲਿਸ ਵਾਲੇ ਨੂੰ ਤੁਸੀਂ ਚੱਕ ਕੇ ਲਿਜਾ ਕੇ ਆਏ? ਹਾਂਜੀ, ਪਾ ਕੇ ਆਏ ਜੀ ਐਂਬੂਲੈਂਸ ਦੇ ਵਿੱਚ। ਪਰ ਉਹ ਕਹਿੰਦੇ ਵੀ ਪੁਲਿਸ ਵਾਲਿਆਂ ਨੂੰ ਕੁੱਟਿਆ ਵੀ ਤੁਸੀਂ? ਨਹੀਂ, ਤੁਹਾਨੂੰ ਦੱਸਦਾ ਕੀ ਗੱਲ ਹੋਈ, ਜਦੋਂ ਪਾ ਕੇ ਪੁਲਿਸ ਵਾਲੇ ਨੂੰ ਆਇਆ, ਜਦੋਂ ਵਾਪਸ ਮੁੜਨ ਆਇਆ, ਮੈਂ ਕਿਹਾ ਦੇਖਿਆ ਵੀ ਇਹਨਾਂ ਨੇ ਬੈਰੀਗੇਡ ਫੇਰ ਲਾਤੇ, ਮੈਂ ਕਿਹਾ ਜੀ ਮੈਂ ਦੂਜੇ ਪਾਸੇ ਜਾਣਾ ਆ, ਉਹ ਕਹਿੰਦੇ ਮੈਨੂੰ ਕਹਿੰਦੇ ਤੁਸੀਂ ਕੀ ਕਰਦੇ? ਮੈਂ ਕਿਹਾ ਜੀ ਮੈਂ ਪੱਤਰਕਾਰ ਆ ਤੇ ਮੈਂ ਦੂਸਰੇ ਪਾਸੇ ਜਾਣਾ ਆ। ਕਹਿੰਦੇ ਨਹੀਂ, ਮੈਂ ਕਿਹਾ ਨੋ ਪ੍ਰੋਬਲਮ, ਮੈਂ ਇੱਧਰ ਵੀ ਰਹਿ ਸਕਦਾ, ਮੈਨੂੰ ਕੋਈ ਪ੍ਰੋਬਲਮ ਨਹੀਂ ਗੀ। ਮੈਂ ਸੋਚਿਆ ਸੀ ਚਲੋ ਗੁਰਦੁਆਰੇ ਆਵਾਂਗੇ, ਆ ਕੇ ਮੱਥਾ ਟੇਕਾਂਗੇ ਸ਼ੀਸ਼ਗੰਜ, ਪਰ ਮੈਨੂੰ ਖੁਦ ਪੁਲਿਸ ਵਾਲਿਆਂ ਨੇ ਕਿਹਾ ਕਿ ਨਹੀਂ ਤੂੰ ਵਾਪਸ ਨਾ ਜਾ, ਤੂੰ ਉੱਧਰ ਜਾ ਦੂਸਰੇ ਪਾਸੇ ਅਤੇ ਜਾ ਕੇ ਉਹਨਾਂ ਦੀਆਂ ਖਬਰਾਂ ਨੋਟ ਕਰ ਅਤੇ ਉਹਨਾਂ ਦੀਆਂ ਫੁਟੇਜ ਲੈ। ਅਤੇ ਜਦੋਂ ਮੈਂ ਜਾ ਰਿਹਾ ਸੀ, ਜਾਂਦੇ ਨੂੰ ਇਹਨਾਂ ਨੇ ਪਿੱਛੋਂ ਮੇਰੇ ਡਾਂਗਾ ਮਾਰਨੀ ਸ਼ੁਰੂ ਕੀਤੀਆਂ ਨੇ, ਅਤੇ ਉਸ ਤੋਂ ਬਾਅਦ ਜਿੰਨੀਆਂ ਕੁ ਡਾਂਗਾਂ ਮਾਰੀਆਂ ਨੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਜਿਵੇਂ ਕਹਿੰਦੇ ਹੁੰਦੇ ਆ ਨਾ, ਡੰਗਰ ਨੂੰ ਮਾਰਨ ਲੱਗੇ ਵੀ ਬੰਦਾ ਦੇਖਦਾ ਆ, ਅਤੇ ਇਹਨਾਂ ਨੇ ਬਿਲਕੁਲ ਕਿਰਕ ਨਹੀਂ ਕੀਤੀ। ਜ਼ਿਆਦਾਤਰ ਜਿਹੜੀ ਮੋਟੀ ਡਾਂਗ ਹੁੰਦੀ ਆ ਬਾਂਸ ਦੀ, ਸਿਰ ਦੇ ਵਿੱਚ ਮਾਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ, ਜਿਹੜੀਆਂ ਮੇਰੇ 3-4 ਡਾਂਗਾਂ ਸਿਰ 'ਚ ਵੱਜੀਆਂ ਨੇ, ਤੁਸੀਂ ਦੇਖ ਸਕਦੇ ਹੋ। ਦਿਖਾ ਦਿਓ ਜੀ ਸਿਰ 'ਚ। ਵਾਲ ਕੱਟੇ ਗਏ ਹੁਣ, ਵਾਲ ਕਟਵਾਏ ਹਨ? ਹਾਂਜੀ ਹਾਂਜੀ, ਚਲੋ ਕੋਈ ਚੱਕਰ ਨਹੀਂ। ਸਿਰ ਦੇ ਵਿੱਚ ਡਾਂਗਾਂ ਮਾਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ,
ਕਿ ਇਹ ਬੰਦਾ ਮਰ ਜਾਵੇ, ਜਾਣੀ ਕਿ ਇਹਨਾਂ ਨੇ ਮੈਨੂੰ ਮਾਰਨ ਦੀ ਕੋਈ ਵੀ ਜਗ੍ਹਾ ਨਹੀਂ ਛੱਡੀ ਕਿ ਵੀ ਮਰੇ ਨਾ। ਤੇ ਹੁਣ ਜਦੋਂ ਡਾਂਗ ਇਹ ਮਾਰਦੇ ਹੀ ਸਿਰ ਦੇ ਵਿੱਚ, ਤੇ ਫਿਰ ਮੈਂ ਆਪਣੀ ਹਿਫਾਜ਼ਤ ਲਈ ਆਪਣੀਆਂ ਬਾਹਾਂ ਮੂਹਰੇ ਕੀਤੀਆਂ। ਇਹ ਦੇਖ ਲਓ ਜੀ ਨਿਸ਼ਾਨ, ਸ਼ਾਇਦ ਦੂਜੀ ਸਾਈਡ ਵੀ ਆ। ਹਾਂ ਯਾ ਦੇਖੋ ਸਾਰੇ ਪਾਸੇ ਸਾਰੀਆਂ ਬਾਹਾਂ ਦੀਆਂ ਪੱਟੀਆਂ ਵੱਜੀਆਂ ਨੇ, ਅਦੇ ਕੋਈ ਜਗ੍ਹਾ ਨਹੀਂ ਹੈਗੀ। ਲੱਤਾਂ ਦੇ ਉੱਪਰ ਵੀ ਲੱਗੀਆਂ ਜੀ, ਲੱਤਾਂ ਦੇ ਉੱਪਰ ਵੀ ਪੂਰੀਆਂ, ਇੱਥੋਂ ਲੈ ਕੇ ਥੱਲੇ ਤੱਕ ਪੂਰੀਆਂ ਲੱਤਾਂ ਛਾਂਗੀਆਂ ਪਈਆਂ ਨੇ ਜੀ ਮੇਰੀਆਂ ਸਾਰੀਆਂ। ਸਾਰੀਆਂ ਲੱਗੀਆਂ? ਹਾਂਜੀ ਸਾਰੀਆਂ ਜੀ। ਫਿਰ ਤੁਸੀਂ ਉੱਥੋਂ ਕਿੱਦਾਂ, ਇਹ ਕੌਣ ਲੈ ਕੇ ਆਇਆ ਤੁਹਾਨੂੰ? ਉੱਥੋਂ ਜੀ ਫਿਰ ਮੈਨੂੰ ਦੋ ਪੁਲਿਸ ਵਾਲੇ, ਕਿਉਂਕਿ ਮੇਰਾ ਉੱਥੇ ਫੋਨ ਗਿਰ ਗਿਆ ਸੀ, ਮੇਰੀ ਗੋਗਲ ਸਭ ਕੁਛ ਉੱਥੇ ਹੀ ਡਿੱਗ ਗਿਆ ਸੀਗਾ, ਪਰ ਦੋ ਪੁਲਿਸ ਵਾਲਿਆਂ ਨੇ, ਕਿਉਂਕਿ ਉਸ ਟਾਈਮ ਲੱਗੀਆਂ ਸੀ ਡਾਂਗਾਂ ਸਿਰ ਦੇ ਵਿੱਚ ਤਾਜ਼ੀਆਂ, ਅਤੇ ਥੋੜ੍ਹਾ ਖੂਨ ਗਰਮ ਹੁੰਦਾ ਬੰਦੇ ਦਾ, ਚਲੋ ਪਤਾ ਨਹੀਂ ਲੱਗ ਰਿਹਾ ਸੀਗਾ ਮੈਨੂੰ ਇੰਨਾ, ਪਰ ਮੈਨੂੰ ਉਹਨਾਂ ਨੇ ਚੁੱਕ ਕੇ ਹੋਸਪਿਟਲ ਲੈ ਕੇ ਗਏ। ਹੋਸਪਿਟਲ ਦਾ ਨਾਮ ਵੀ ਪਤਾ ਨਹੀਂ ਕੀ, ਸੜਿਆ ਜਿਹਾ ਹੋਸਪਿਟਲ ਆ। ਮੈਂ ਇੱਕ ਗੱਲੋਂ ਹੈਰਾਨ ਹਾਂ ਕਿ ਇੱਥੇ ਕੇਜਰੀਵਾਲ ਨੂੰ ਕਹਿੰਦੇ ਨੇ ਕਿ ਵੀ ਬੜੇ ਹੋਸਪਿਟਲ ਵਧੀਆ ਬਣਾਏ ਨੇ ਬੰਦੇ ਨੇ, ਤੁਸੀਂ ਹੈਰਾਨ ਹੋ ਜਾਓਗੇ ਕਿ ਉਸ ਹੋਸਪਿਟਲ ਦੇ ਵਿੱਚ, ਉਸ ਹੋਸਪਿਟਲ ਦੇ ਵਿੱਚ ਚੰਗੀ ਬਹਿਣ ਲਈ ਕੋਈ ਕੁਰਸੀ ਵੀ ਨਹੀਂ, ਅਤੇ ਕੇਜਰੀਵਾਲ ਕਹਿੰਦੇ ਨੇ ਜੀ ਉਸ ਬੰਦੇ ਨੇ ਇੱਥੇ ਸੁਧਾਰ ਲਿਆ ਤਾਂ ਦਿੱਲੀ 'ਚ, ਸਵਾਹ ਸੁਧਾਰ ਲਿਆ ਤਾਂ ਦਿੱਲੀ ਦੇ ਵਿੱਚ। ਜਦੋਂ ਉਹਨਾਂ ਨੇ ਮੇਰਾ ਉੱਥੇ ਟ੍ਰੀਟਮੈਂਟ ਕੀਤਾ, ਉਹਨਾਂ ਨੇ ਕੀ ਕੀਤਾ, ਸਿਰਫ ਮੇਰਾ ਖੂਨ ਧੋਤਾ, ਉਹ ਵੀ ਚੱਜ ਨਾਲ ਨਹੀਂ ਧੋਤਾ ਖੂਨ, ਉਹ ਵੀ ਚੱਜ ਨਾਲ ਨਹੀਂ ਖੂਨ ਧੋਤਾ, ਕੋਈ ਟੀਕਾ ਨਹੀਂ ਲਾਇਆ, ਕੋਈ ਉਹਨਾਂ ਨੇ ਮੈਨੂੰ ਦਵਾਈ ਨਹੀਂ ਦਿੱਤੀ। ਉਸ ਤੋਂ ਬਾਅਦ ਜਿਹੜੇ ਪੁਲਿਸ ਵਾਲੇ ਮੈਨੂੰ ਛੱਡ ਕੇ ਗਏ, ਉਹਨਾਂ ਵਿੱਚੋਂ ਐਂਬੂਲੈਂਸ ਦੇ ਵਿੱਚੋਂ ਮੁੜ ਕੇ 2 ਘੰਟੇ ਕੋਈ ਬੰਦਾ ਐਂਬੂਲੈਂਸ 'ਤੇ ਲੈਣ ਨਹੀਂ ਆਇਆ ਸਾਨੂੰ ਉੱਥੇ, ਜਿਹੜਾ ਇੱਕ ਪੁਲਿਸ ਵਾਲਾ ਮੇਰੇ ਨਾਲ ਰਹਿ ਗਿਆ ਸੀਗਾ, ਉਸ ਮੁੰਡੇ ਦਾ ਨੰਬਰ ਵੀ ਮੇਰੇ ਕੋਲ ਹੈਗਾ ਆ। ਉਹ ਮੁੰਡਾ ਉੱਥੋਂ ਫਿਰ ਮੈਨੂੰ ਆਪ ਕਹਿ ਕੇ ਕਹਿੰਦਾ, ਯਾਰ ਹੁਣ ਮੈਂ ਕੀ ਕਰਾਂ, ਮੈਨੂੰ ਤਾਂ ਆਪ ਨਹੀਂ ਲੈਣ ਆ ਰਹੇ, ਤੂੰ ਆਟੋ ਚੜ੍ਹ ਕੇ ਚਲਿਆ ਜਾ। ਮੈਂ ਆਟੋ ਚੜ੍ਹ ਕੇ ਸ਼ੀਸ਼ਗੰਜ ਗੁਰਦੁਆਰੇ ਨੂੰ ਹੋ ਪਿਆ ਜੀ, ਪਰ ਮੈਨੂੰ ਉੱਥੇ ਆਟੋ ਵਾਲੇ ਮੁੰਡੇ ਨੇ ਇਹ ਦੱਸੀ ਗੱਲ ਕਿ ਜਿਹੜੇ ਸਾਰੇ ਕਿਸਾਨ ਨੇ ਉਹਨਾਂ ਨੂੰ ਕੁੰਡਲੀ ਤੋਂ ਇਹਨਾਂ ਨੇ ਇਜਾਜ਼ਤ ਦੇ ਤੀ ਕਿ ਤੁਸੀਂ ਬਗਾੜੀ ਮੋਰਚੇ, ਬਗਾੜੀ ਹਾਂਜੀ ਮੈਦਾਨ 'ਚ ਆ ਜਾਓ, ਜਿੱਥੇ ਅੰਨੇ ਹਜ਼ਾਰੇ ਨੇ ਕੀਤਾ ਸੀਗਾ ਅੰਦੋਲਨ। ਅਤੇ ਬਗਾੜੀ ਮੋਰਚੇ ਜਦੋਂ ਮੈਂ ਆਇਆ ਉੱਥੇ, ਮੱਕੜ ਸਿਮਰਜੀਤ ਸਿੰਘ ਮੱਕੜ ਸਿਮਰਜੋਤ ਜੀ ਵੀਰ ਜੀ ਉੱਥੇ ਮਿਲ ਗਏ ਮੈਨੂੰ ਡੇਲੀ ਪੋਸਟ ਵਾਲੇ, ਅਤੇ ਉਹਨਾਂ ਨੇ ਜਦੋਂ ਮੈਨੂੰ ਦੇਖਿਆ ਕਿ ਉਹ ਆਲਰੇਡੀ ਪਹਿਲਾਂ ਵੀ ਮੈਨੂੰ ਕਈ ਵਾਰ ਮਿਲ ਚੁੱਕੇ ਨੇ, ਉਹਨਾਂ ਨੇ ਦੇਖ ਕੇ ਮੈਨੂੰ ਪਛਾਣ ਲਿਆ, ਅਤੇ ਮੈਂ ਬਾਈ ਨੂੰ ਉਸੇ ਟਾਈਮ ਸਾਰੀ ਗੱਲ ਦੱਸਤੀ ਕਿ ਬਾਈ ਆਹ ਗੱਲ ਹੋਈ ਹੈ ਮੇਰੇ ਨਾਲ, ਪਹਿਲਾਂ ਤਾਂ ਬਾਈ ਮੈਨੂੰ ਗੁਰੂ ਗੋਬਿੰਦ ਸਿੰਘ ਹੋਸਪਿਟਲ ਦੇ ਵਿੱਚ ਪ੍ਰਾਈਵੇਟ ਹੋਸਪਿਟਲ 'ਚ ਲੈ ਕੇ ਗਿਆ, ਲਿਜਾ ਕੇ ਵੀਰੇ ਨੇ ਮੇਰੇ ਪੱਟੀਆਂ ਕਰਾਈਆਂ, ਪੂਰੀ ਦਵਾਈ ਦਵਾਈ, ਅਤੇ ਉਸ ਤੋਂ ਬਾਅਦ ਉਹ ਇੱਕ ਗੱਲ ਹੈਰਾਨੀ ਦੀ ਗੱਲ ਆ ਕਿ ਨਾ ਤਾਂ ਮੈਂ ਤੋਂ ਆਟੋ ਵਾਲਾ ਨਹੀਂ ਪੈਸਾ ਲੈ ਰਿਹਾ ਸੀਗਾ, ਉਹਨੂੰ ਵੀ ਮੈਂ 50-60 ਰੁਪਏ ਵਿਚਾਰੇ ਨੂੰ ਧੱਕੇ ਨਾਲ ਦਿੱਤੇ, ਮੈਂ ਕਿਹਾ ਲੈ ਲਾ, ਨਾ ਹੀ ਮੈਂ ਤੋਂ ਹੋਸਪਿਟਲ ਵਾਲਿਆਂ ਨੇ ਕੋਈ ਰੁਪਇਆ ਲਿਆ, ਕਿਉਂਕਿ ਉਹ ਸਿਮਰਜੋਤ ਉਹਨਾਂ ਨੂੰ ਵੀ ਜਾਣਦੇ ਸੀ, ਪਰ ਉਹਨਾਂ ਨੇ ਇੱਕ ਇਹ ਚੀਜ਼ ਦੇਖੀ ਕਿ ਇਹਦੇ ਨਾਲ ਤਸ਼ੱਦਦ ਹੋਇਆ, ਉਹਨਾਂ ਨੇ ਕੋਈ ਰੁਪਇਆ ਨਹੀਂ ਲਿਆ ਮੁੰਡਿਆਂ ਨੇ। ਉਸ ਤੋਂ ਬਾਅਦ ਵੀਰ ਮੈਨੂੰ ਲੈ ਕੇ ਆਇਆ, ਵੀਰ ਨੇ ਜਗਰੂਪ ਵੀਰ ਜੀ ਨੂੰ ਫੋਨ ਕੀਤਾ, ਜੋ ਕਿ ਤੁਸੀਂ ਹੋ ਮੇਰੇ ਗਿਆ, ਤੁਹਾਡਾ ਨਾਮ ਉਹ ਮੈਨੂੰ ਬਾਅਦ 'ਚ ਪਤਾ ਲੱਗਿਆ, ਵੈਸੇ ਮੈਨੂੰ ਪਹਿਲਾਂ ਮੈਨੂੰ ਨਹੀਂ ਸੀ ਪਤਾ, ਮੇਰਾ ਫਰਜ਼ ਸੀ ਕਰਨਾ। ਹਾਂਜੀ ਹਾਂਜੀ, ਇਹਨਾਂ ਨੇ ਵੀਰ ਜੀ ਨੇ ਕਿਹਾ ਕਿ ਵੀ ਇਹਨਾਂ ਨੂੰ ਬੰਗਲਾ ਸਾਹਿਬ ਗੁਰਦੁਆਰੇ ਭੇਜੋ, ਉੱਥੇ ਸਾਡਾ ਰੂਮ ਹੈਗਾ ਆ, ਅਤੇ ਰੂਮ ਦੇ ਵਿੱਚ ਸਾਡੀ ਸਟੇ ਆ, ਉੱਥੇ ਜਾਵੇ, ਪਹਿਲਾਂ ਜਾ ਕੇ ਆਪਣਾ ਉੱਥੇ ਆਰਾਮ ਕਰੇ ਪਵੇ, ਇਹਨੂੰ ਕਿਤੇ ਬਾਹਰ ਜਾਣ ਦੀ ਲੋੜ ਨਹੀਂ। ਇਹ ਤਾਂ ਰਾਤ ਨੂੰ ਮੇਰੇ ਖਿਆਲ 'ਚ 11-12 ਵਜੇ ਤੁਸੀਂ ਆਏ ਹੋਵੋਗੇ, ਇਹ ਆਪਣੇ ਕੰਮ ਕਰਕੇ 11-12 ਵਜੇ ਪਹੁੰਚੇ ਨੇ ਮੇਰੇ ਕੋਲ, ਪਰ ਮੈਂ ਉਸ ਟਾਈਮ ਪਿਆ ਸੀ, ਸੌਂ ਰਿਹਾ ਸੀ, ਅਤੇ ਇਹਨਾਂ ਨੇ, ਮੈਂ ਇਹੀ ਕਹਿ ਸਕਦਾ ਕਿ ਹਾਂ ਹੈਲਪ ਕਰਨੀ ਹੁੰਦੀ ਆ, ਅਤੇ ਇੱਜ਼ਤ ਮਾਣ ਹੁੰਦਾ ਆ, ਅਤੇ ਦਿਲ ਦੇ ਵਿੱਚ ਇੱਕ ਜਜ਼ਬਾ ਜਿਸ ਤਰੀਕੇ ਨਾਲ ਇਹ ਵੀਰਾਂ ਦੇ ਦਿਲ ਦੇ ਵਿੱਚ ਆ, ਜਦੋਂ ਬੰਦਾ ਪੋਜ਼ੀਟਿਵ ਵਿਊ, ਪੋਜ਼ੀਟਿਵਿਟੀ ਇੱਕ ਦੂਸਰੇ ਨੂੰ ਕਨੈਕਟਿਵਿਟੀ ਹੁੰਦੀ ਆ ਨਾ, ਫਿਰ ਵਾਕਈ ਜੋਸ਼ ਆ ਜਾਂਦਾ। ਹੁਣ ਲੱਗਦਾ ਹੀ ਨਹੀਂ ਹੈਗਾ ਵੀ ਮੇਰੇ ਡਾਂਗਾਂ ਫਰੀਆਂ ਹੋਈਆਂ ਨੇ, ਹੁਣ ਨਹੀਂ ਮੈਨੂੰ ਲੱਗ ਰਿਹਾ ਇਸ ਤਰੀਕੇ ਨਾਲ ਸੱਚੀ। ਜੇ ਬਾਈ ਇਹ ਬਰਾੜੀ ਮੋਰਚੇ ਨੂੰ ਕਿਸਾਨ ਨਹੀਂ ਮੰਨ ਰਹੇ ਜੀ ਗਰਾਊਂਡ ਨੂੰ, ਜੀ ਜੰਤਰ ਮੰਤਰ ਧਰਨਾ ਦੇਣਾ ਪਿਆ ਤਾਂ ਜਾਓਗੇ ਨਾਲ ਫਿਰ? ਹਾਂਜੀ ਹਾਂਜੀ ਹਾਂਜੀ, ਘਰ ਨੂੰ ਤਾਂ ਨਹੀਂ ਜਾਓਗੇ? ਨਾ 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 ਜੀ, ਨਾ 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 ਜਾਣਾ ਹੁੰਦਾ ਘਰ ਨੂੰ ਤਾਂ, ਮੈਨੂੰ ਘਰੋਂ ਕਾਲਾਂ ਆ ਰਹੀਆਂ ਸੀ, ਅਸੀਂ ਤੈਨੂੰ ਲੈਣ ਆ ਰਹੇ ਹਾਂ। ਮੇਰੇ ਵਾਈਫ ਨੇ ਕਾਲ ਕੀਤੀ ਬਟਾਲੇ ਤੋਂ, ਕਹਿੰਦੀ ਅਸੀਂ ਆ ਰਹੇ ਹਾਂ ਪੂਰੇ, 180 ਪੱਤਰਕਾਰ ਗੁਰਦਾਸਪੁਰ ਦੇ ਨਾਲ ਤੁਰ ਰਹੇ ਸੀ ਉਹਨਾਂ ਦੇ ਮੋਰਚਾ ਲੈ ਕੇ, ਪਰ ਮੈਂ ਉਹਨਾਂ ਨੂੰ ਕਹਿਤਾ ਕਿ ਤੁਹਾਨੂੰ ਆਉਣ ਦੀ ਲੋੜ ਨਹੀਂ ਹੈਗੀ, ਇੱਥੇ ਮੇਰੇ ਭਰਾ ਮੇਰੇ ਨਾਲ ਸਾਰੇ ਹੈਗੇ ਨੇ। ਕਿਸਾਨੀ ਸੰਘਰਸ਼ ਮੋਰਚਾ ਪੰਜਾਬ ਤੋਂ ਚੱਲ ਕੇ ਦਿੱਲੀ ਪਹੁੰਚਿਆ ਅਤੇ ਦਿੱਲੀ ਦੇ ਕੁੰਡਲੀ ਬਾਰਡਰ 'ਤੇ ਆ ਕੇ ਖੜ ਗਿਆ, ਪਰ ਕੁੰਡਲੀ ਬਾਰਡਰ 'ਤੇ ਕਿਸਾਨ ਅਜੇ ਬੈਠੇ ਨੇ, ਪਰ ਕੁਝ ਕਿਸਾਨ ਜਿਹੜੇ ਪਹਿਲਾਂ ਪਹੁੰਚ ਗਏ ਨੇ, ਉਹਨਾਂ ਨੂੰ ਪੁੱਛਦੇ ਹਾਂ ਕਿੱਦਾਂ ਪਹੁੰਚਦੇ ਇੱਥੇ, ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬਾਪੂ ਜੀ ਕਿੱਥੋਂ ਆਏ ਹੋ ਅਤੇ ਕਦੋਂ ਪਹੁੰਚੇ ਹੋ? ਸਭ ਤੋਂ ਪਹਿਲਾਂ ਪੰਜਾਬੀ ਚੈਨਲ ਅਤੇ ਮੈਂ ਆਪਣੇ ਵੱਲੋਂ ਅਤੇ ਮਾਨਯੋਗ ਮੇਰੇ ਸਾਥੀ ਕਿਸਾਨਾਂ ਵੱਲੋਂ, ਮੈਂ ਦੁਨੀਆ 'ਚ ਵਸਣ ਵਾਲੇ ਅਣਖ ਗੈਰਤ ਕਾਇਮ ਕਰਨ ਵਾਲੇ ਸਾਰੇ ਉਹ ਬਹਾਦਰ ਯੋਧਿਆਂ ਨੂੰ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਦਿਨ ਦੀ 31 ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਦੀ ਅਣਖ ਅਤੇ ਗੈਰਤ ਨੂੰ ਕਾਇਮ ਰੱਖਣ ਦੀ ਖਾਤਰ ਦੇਸ਼ ਦਾ ਜੋ ਹੰਕਾਰੀ ਹਾਕਮ ਆ ਨਰਿੰਦਰ ਮੋਦੀ, ਉਹਨੂੰ ਘੇਰਨ ਦੇ ਲਈ ਦਿੱਲੀ ਘੇਰਨ ਦੇ ਨਾਮ 'ਤੇ ਜੋ ਪ੍ਰੋਗਰਾਮ ਦਿੱਤਾ ਸੀ, ਉਸ ਪ੍ਰੋਗਰਾਮ ਅਧੀਨ ਅਸੀਂ
25 ਨਵੰਬਰ ਨੂੰ ਰਾਤ ਠੀਕ 9 ਵਜੇ ਛੰਭੂ ਬਾਰਡਰ ਤੋਂ ਦਿੱਲੀ ਨੂੰ ਰਵਾਨਾ ਹੋਏ। ਤਕਰੀਬਨ 3:30 ਵਜੇ ਆ ਕੇ ਗੁਰਦੁਆਰਾ ਬੰਗਲਾ ਸਾਹਿਬ ਸਾਨੂੰ ਵੱਖੋ ਵੱਖਰੇ ਪਿੰਡਾਂ ਦੇ ਵਿੱਚੋਂ ਹੁੰਦਿਆਂ ਹੋਇਆਂ ਬੈਰੀਕੇਡਾਂ ਤੋਂ ਅਲਾਂਭੇ ਹੁੰਦਾ ਇੱਕ ਕਾਫਲੇ ਦੇ ਰੂਪ ਦੇ ਵਿੱਚ ਅਸੀਂ ਦਿੱਲੀ ਦੇ ਵਿੱਚ ਐਂਟਰ ਹੋਏ। 26 ਤਰੀਕ ਨੂੰ ਠੀਕ 11 ਵਜੇ ਪੰਜਾਬ ਦੇ ਹੋਰ ਮਾਨਯੋਗ MLA ਸਾਹਿਬਾਨ ਅਤੇ ਦੇਸ਼ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਉਹ ਸਾਡੀ ਸਤਿਕਾਰਯੋਗ ਦ੍ਰਿੜ ਇਰਾਦੇ ਵਾਲੀ ਜੋ ਮੈਂ ਕਹੂੰਗਾ ਕਿ ਮਾਈ ਭਾਗੋ ਦੀ ਬਾਰਸ ਹੋ ਸਕਦੀ ਆ ICI ਘੋਸ ਜਿਹੜੀ SIF ਦੀ ਪ੍ਰਧਾਨ ਆ ਜਿਹਨੇ ਲੰਮੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਦੀ ਜੋ ਵਿਦਿਆਰਥੀ ਜਥੇਬੰਦੀ ਆ ਉਹਦੇ ਨਾਲ ਸੰਘਰਸ਼ ਕੀਤਾ। ਸਾਡੇ ਨਾਲ ਤਕਰੀਬਨ 350 ਜੋ ਸੰਘਰਸ਼ ਕਰਨ ਵਾਲੇ ਲੋਕ ਸੀ ਉਹਨਾਂ ਨੂੰ ਜੰਤਰ ਮੰਤਰ ਤੇ ਜੋ ਰੋਸ ਕਰਦਿਆਂ ਹੋਇਆ ਕਿਸਾਨੀ ਹੱਕਾਂ ਲਈ ਮਾਰਚ ਕਰਦਿਆਂ ਹੋਇਆ ਗ੍ਰਿਫਤਾਰ ਕੀਤਾ। 26 ਤਰੀਕ ਨੂੰ ਰਾਤ 8:30 ਵਜੇ ਸਾਨੂੰ ਸਾਰਿਆਂ ਨੂੰ ਉੱਥੋਂ ਜਿਹੜਾ ਹਰੀਨਗਰ ਦਾ ਥਾਣਾ ਸੀ ਉੱਥੇ ਇੱਕ ਸਟੇਡੀਅਮ ਸੀ ਸ਼ਾਮੂ ਘਾਟ ਉੱਥੋਂ ਸਾਨੂੰ ਉਹਨਾਂ ਨੇ ਰਿਹਾਅ ਕੀਤਾ ਵਾ। 26 ਤਰੀਕ ਤੋਂ ਬਾਅਦ ਕੱਲ੍ਹ 27 ਤਰੀਕ ਅਸੀਂ ਇਸ ਗੁਰਦੁਆਰਾ ਬੰਗਲਾ ਸਾਹਿਬ ਤੋਂ ਸਾਨੂੰ ਬੜੀ ਮੁਸ਼ਕਲ ਦੇ ਨਾਲ ਇਕੱਲੇ ਇਕੱਲਿਆਂ ਨੂੰ ਆਟੋ ਰਿਕਸ਼ਿਆਂ ਦੇ ਵਿੱਚ ਬਹਿ ਕੇ ਅਸੀਂ ਗਾਹਾਂ ਛੋਟੇ ਕਾਫਲਿਆਂ ਦੇ ਰੂਪ 'ਚ ਕੁੰਡਲੀ ਪਹੁੰਚੇ ਜਿੱਥੇ ਪੰਜਾਬ ਦੇ ਜੰਝਾਰੂ ਅਣਖ ਗੈਰਤ ਕਾਇਮ ਰੱਖਣ ਵਾਲਾ ਲੱਖਾਂ ਜੋ ਉੱਥੇ ਪੰਜਾਬੀ ਆ ਉਹਨਾਂ ਨੇ ਇਕੱਤਰ ਹੋਇਆ ਅਸੀਂ ਉੱਥੇ ਸ਼ਮੂਲੀਅਤ ਕੀਤੀ। ਬਾਬੀ ਇਹ ਪੁੱਛਣਾ ਚਾਹੁੰਦਾ ਤੁਸੀਂ ਬੰਗਲਾ ਸਾਹਿਬ ਰੁਕੇ ਹੋ ਇੱਥੇ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਸਾਹਮਣਾ ਕਰਨਾ ਪਿਆ? ਪੁਲਿਸ ਵੀ ਕਹਿੰਦੇ ਕਮਰੇ 'ਚ ਮਾਰਦੇ ਸੀ ਗੇੜੇ। ਤਕਰੀਬਨ ਪਿਛਲੇ 1 ਹਫ਼ਤੇ ਤੋਂ ਪੰਜਾਬ ਨੂੰ ਲੁੱਟਣ ਅਤੇ ਕੁੱਟਣ ਵਾਲਾ ਸੁਖਬੀਰ ਸਿੰਘ ਬਾਦਲ ਉਹ ਮਗਰਵਸ਼ ਦੇ ਹੰਝੂ ਬਹਾ ਕੇ ਇਹ ਗੱਲ ਕਹਿ ਰਿਹਾ ਕਿ ਮੈਂ ਦਿੱਲੀ ਕਮੇਟੀ ਨੂੰ ਕਹਿਣਾ ਕਿ ਤੁਸੀਂ ਕਿਸਾਨਾਂ ਦਾ ਜੋ ਕਿਸਾਨ ਲਹਿਰ ਚੱਲ ਰਹੀ ਆ ਉਹਦੇ ਰਹਿਣ ਦਾ ਅਤੇ ਲੰਗਰ ਦਾ ਪ੍ਰਬੰਧ ਕਰੋ। ਮੈਂ ਪੰਜਾਬੀ ਚੈਨਲ ਰਾਹੀਂ ਸਾਰੀ ਦੁਨੀਆਂ 'ਚ ਵਸਣ ਵਾਲੇ ਸਿੱਖ ਸੰਗਤ ਨੂੰ ਦੱਸਣਾ ਚਾਹੁੰਦਾ ਕਿ ਗੁਰੂ ਦੀ ਗੋਲਕ ਨੂੰ ਲੁੱਟਣ ਵਾਲੇ ਬਾਦਲ ਦੇ ਟੱਬਰ ਦੇ ਜਿਹੜੇ ਟੂਲ ਵਕਰਿੰਦੇ ਆ ਮਨਿੰਦਰ ਸਿਰਸੇ ਵਰਗੇ ਇਹਨਾਂ ਨੇ ਇੱਥੇ ਰਹਿਸ਼ੀ ਸਰਾਵਾਂ ਦੇ ਕਮਰੇ ਦੇਣ ਵਾਲੇ ਜਿਹੜੇ ਉਹਨਾਂ ਦੇ ਇੰਪਲਾਈ ਸੀ ਉਹਨਾਂ ਕੋਲ ਦਿੱਲੀ ਪੁਲਿਸ ਨੂੰ ਤਾਇਨਾਤ ਕੀਤਾ। ਜਿਹੜੇ ਪੰਜਾਬ ਤੋਂ ਕਿਸਾਨ ਆਉਂਦੇ ਸੀ ਉਹਨਾਂ ਨੂੰ ਅਚੇਚਾ ਹੁਕਮ ਕੀਤਾ ਕਿ ਤੁਸੀਂ ਇਹਨਾਂ ਨੂੰ ਕਮਰੇ ਨਹੀਂ ਦੇਣੇ। ਪਰ ਅਸੀਂ ਕੱਲ ਸਿਰਸਾ ਨੂੰ ਸਵਾਲ ਕੀਤਾ ਤਾਂ ਉਹ ਕਹਿੰਦੇ ਕਿ ਅਸੀਂ ਤਾਂ ਇਹਨਾਂ ਨੇ ਬੈਰੀਕੇਡ ਲਾ ਦਿੱਤੇ ਪਰ ਅਸੀਂ ਤਾਂ ਖੁਦ ਬੈਰੀਕੇਡ ਪੁੱਟ ਕੇ ਸੁੱਟੇ ਇੱਥੋਂ। ਦੇਖੋ ਜੀ ਤੁਸੀਂ ਆਪ ਦੇਖ ਸਕਦੇ ਹੋ ਕਿ ਕੋਈ ਬੈਰੀਕੇਡ ਪੁੱਟਿਆ ਹੈ ਤੁਹਾਨੂੰ। ਅਸੀਂ ਵੀ ਗੱਲ ਆਏ ਸਾਨੂੰ ਅੰਦਰ ਹੁੰਦੇ ਆ ਪੁਲਿਸ ਵਾਲੇ ਪੁੱਛਣ ਲੱਗ ਗਏ ਦੱਸੋ ਕਿੱਧਰ ਆਏ ਹੋ ਕੀ ਕਰਨ ਆਏ ਹੋ। ਫਿਰ ਤੁਸੀਂ ਦੇਖ ਸਕਦੇ ਹੋ ਤੁਸੀਂ ਇੱਕ ਚੌਥਾ ਥੰਮ ਹੋ ਸਮਾਜ ਦਾ ਨਾ ਇੱਥੇ ਗੁਰੂ ਕੇ ਲੰਗਰ ਚੱਲ ਰਹੇ ਆ ਨਾ ਕੋਈ ਇੱਕ ਪਾਣੀ ਦੀ ਘੁੱਟ ਨਹੀਂ ਦਿੱਤੀ ਜਾ ਰਹੀ। ਫਿਰ ਗੁਰਦੁਆਰਾ ਸਾਹਿਬ ਦੇ ਅੰਦਰ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵੀ ਨਹੀਂ ਚੱਲ ਰਿਹਾ। ਬਿਲਕੁਲ ਲੰਗਰ ਹਾਲ ਨਹੀਂ ਚੱਲ ਰਿਹਾ ਜੀ ਨਾ ਕਿਸੇ ਨੂੰ ਕਮਰਾ ਦਿੱਤਾ ਜਾ ਰਿਹਾ ਨਾ ਲੰਗਰ ਹਾਲ ਚੱਲ ਰਿਹਾ। ਮਤਲਬ ਤੁਸੀਂ ਇਹ ਕਹਿ ਰਹੇ ਹੋ ਵੀ ਦਿੱਲੀ ਕਮੇਟੀ ਵੀ ਜਿਹੜੇ ਪ੍ਰਧਾਨ ਹੋਣੀ ਇਹ ਕਿਸਾਨਾਂ ਦੇ ਵਿਰੁੱਧ ਨੇ? ਕਿਸਾਨਾਂ ਦੇ ਵਿਰੁੱਧ ਨਹੀਂ ਜੀ, ਇਹਨਾਂ ਨੇ ਜੋ ਦਿੱਲੀ ਦਾ ਹਾਕਮ ਨਰਿੰਦਰ ਮੋਦੀ ਕਹਿ ਰਿਹਾ ਉਹਦੀ ਕਠਪੁਤਲੀ ਆ ਉਹੀ ਮਤਲਬ ਉਹਨਾਂ ਦੇ। ਬਿਲਕੁਲ ਜੀ ਹੱਕ 'ਚ ਹੋ ਗਏ। ਬਿਲਕੁਲ ਜੀ। ਇੱਕ ਜਿਹੜਾ ਕੱਲ ਇੱਥੇ ਪਥਰਾਵ ਹੋਇਆ ਆਪਸ 'ਚ ਕੁਝ ਗੋਦੀ ਮੀਡੀਆ ਨੇ ਇਹ ਕਿਹਾ ਕਿ ਕਿਸਾਨਾਂ ਨੇ ਪੁਲਿਸ ਦੇ ਉੱਪਰ ਪੱਥਰ ਮਾਰਿਆ। ਤੁਸੀਂ ਬਕਾਇਦਾ ਪ੍ਰੈਸ ਵੱਲੋਂ ਜਿਹੜਾ ਮੈਨੂੰ ਸਵਾਲ ਕੀਤਾ ਗਿਆ ਵਾ ਬੜਾ ਦਰੁਸਤ ਕੀਤਾ ਗਿਆ। ਜਦੋਂ ਤੋਂ 2014 ਤੋਂ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣਿਆ EVM ਰਾਹੀਂ ਜਿਹੜਾ ਨੈਸ਼ਨਲ ਗੋਦੀ ਮੀਡੀਆ ਵਾ ਉਹਨੇ ਹਮੇਸ਼ਾ ਇੰਨ ਬਿੰਨ ਉਹਦੀ ਲੁੱਟ ਨੂੰ ਅਤੇ ਉਹਦੀ ਕੁੱਟ ਨੂੰ ਲੁਕਾਉਣ ਦੀ ਕੋਸ਼ਿਸ਼ ਕਰੀ ਆ। ਮੈਂ ਸਜਦਾ ਕਰਦਾ ਇਨਕਲਾਬੀ ਪੰਜਾਬ ਦੇ ਮੀਡੀਏ ਵੱਲੋਂ ਜਿਹਨੇ ਸੱਚ ਦੀ ਆਵਾਜ਼ ਦਿੱਤੀ ਆ। ਇਹ ਗੋਦੀ ਮੀਡੀਆ ਜਿਹੜਾ ਕਹਿ ਰਿਹਾ ਵੀ ਕਿਸਾਨਾਂ ਨੇ ਪੱਥਰ ਮਾਰਿਆ ਬਿਲਕੁਲ ਨਰਿੰਦਰ ਮੋਦੀ ਦੇ ਇਸ਼ਾਰੇ 'ਤੇ ਗੋਦੀ ਮੀਡੀਏ ਦੀ ਜੋ ਉਹਦੀ ਡਿਊਟੀ ਬਣਦੀ ਆ ਉਹਦੀ ਪਾਲਣਾ ਕਰ ਰਿਹਾ। ਇਹਦਾ ਬਕਾਇਦਾ ਚਸ਼ਮਦੀਪ ਜਿਹੜਾ ਉੱਥੇ ਅਸੀਂ ਦੇਖਿਆ ਸਾਡੇ ਸਾਥੀਆਂ ਨੇ ਵੀ ਦੇਖਿਆ ਪੰਜਾਬ ਦੇ ਅਣਖੀ ਅਤੇ ਗੈਰਤਮੰਦ ਮੀਡੀਏ ਨੂੰ ਜਿੱਥੇ ਕਿਸਾਨਾਂ ਨੂੰ ਲਾਠੀਆਂ ਨਾਲ ਕੁੱਟਿਆ ਗਿਆ ਉੱਥੇ ਮੀਡੀਏ ਨੂੰ ਵੀ ਨਹੀਂ ਬਖਸ਼ਿਆ ਗਿਆ। ਇਹ ਜਿਹੜੀ ਆਵਾਜ਼ ਗੋਦੀ ਮੀਡੀਆ ਕਰ ਰਿਹਾ ਵੀ ਕਿਸਾਨਾਂ ਨੇ ਪੱਥਰ ਮਾਰੇ ਆ ਬਿਲਕੁਲ ਇਸ ਸੰਘਰਸ਼ ਨੂੰ ਤਾਰ ਪਿੰਡੋ ਕਰਨ ਲਈ ਜਿਹੜਾ ਪਿਛਲੇ 3 ਮਹੀਨੇ ਤੋਂ ਸ਼ਾਂਤਮਈ ਚੱਲ ਰਿਹਾ ਵਾ ਉਹਦੇ ਰਾਹ 'ਚ ਰੋੜੇ ਅਟਕਾਉਣ ਦੇ ਲਈ ਅਤੇ ਹਿੰਸਕ ਰੂਪ ਦੇਣ ਦੇ ਲਈ ਇਹ ਨਰਿੰਦਰ ਮੋਦੀ ਦੇ ਇਸ਼ਾਰੇ 'ਤੇ ਗੋਦੀ ਮੀਡੀਆ
ਗਲਤ ਇਲਜ਼ਾਮ ਲਾ ਰਿਹਾ। ਕੱਲ ਨੌਜਵਾਨਾਂ ਦੇ ਬਹੁਤ ਸਾਰਾ ਪਸਰਾ ਵੀ ਹੋਇਆ, ਨੌਜਵਾਨਾਂ ਦੇ ਬਹੁਤ ਸੱਟਾਂ ਵੀ ਲੱਗੀਆਂ। ਇਹ ਤਾਂ ਇੱਕ ਪੰਜਾਬ ਦੇ ਸੰਘਰਸ਼ ਕਰਨ ਵਾਲੇ ਲੋਕਾਂ ਦੀ ਜ਼ਿੰਦਗੀ ਦਾ ਇੱਕ ਹਿੱਸਾ ਵਾ। ਇਹ ਬਿਲਕੁਲ ਨਵਾਂ ਨਹੀਂ ਹੈ। ਮੀਰ ਮੰਨੂ, ਜ਼ਕਰੀਆ ਖਾਨ ਅਤੇ ਅੱਜ ਦਾ ਰੂਲਿੰਗ ਹਿਟਲਰ ਨਰਿੰਦਰ ਮੋਦੀ, ਉਹਦਾ ਕਰਮ ਆ ਜ਼ੁਲਮ ਕਰਨਾ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਅੱਜ ਤੱਕ ਜਿਹੜੇ ਗੁਰੂ ਦੇ ਸਿੱਖ ਆ, ਭਾਈ ਲਾਲੋ ਦੇ ਵਾਰਸ ਆ, ਸੱਚੀ ਕਿਰਤ ਕਰਨ ਵਾਲੇ, ਉਹਨਾਂ ਦਾ ਕੰਮ ਆ ਇਸ ਜ਼ਬਰ ਅਤੇ ਜ਼ੁਲਮ ਨੂੰ ਸਹਿਣਾ। ਇਹ ਜ਼ੁਲਮ ਕਰਦੇ ਰਹਿਣਗੇ, ਪੰਜਾਬ ਦੇ ਅਣਖ ਅਤੇ ਗੈਰਤ ਕਾਇਮ ਰੱਖਣ ਵਾਲੇ ਲੋਕ ਜ਼ੁਲਮ ਸਹਿੰਦੇ ਰਹਿਣਗੇ। ਚਲੋ ਉਸੇ ਗੱਲ 'ਤੇ ਆਉਂਦੇ ਹਾਂ ਵਾਪਸ। ਤੁਸੀਂ ਇੱਥੇ ਫਿਰ ਦਰਵਾਜ਼ੇ ਬੰਦ ਕਰਕੇ ਰਹਿ ਰਹੇ ਹੋ ਕਮਰਿਆਂ 'ਚ? ਦਰਵਾਜ਼ੇ ਬੰਦ ਕਰਕੇ ਨਹੀਂ ਰਹਿ ਰਹੇ ਜੀ, ਉਦਣ ਸਾਨੂੰ ਇਹਨਾਂ ਨੇ ਰਾਤ ਨੂੰ ਛੱਡਿਆ। ਕੱਲ ਬਕਾਇਦਾ ਇੱਥੇ ਤਾਂ ਪੁਲਿਸ ਤੰਗ ਕਰ, ਕੱਲ ਇੱਥੇ ਬਕਾਇਦਾ ਪੁਲਿਸ ਲਾਈ ਉਹਨਾਂ ਨੇ, ਪੁਲਿਸ ਲਾ ਕੇ ਗੁਰਦੁਆਰਾ ਸਾਹਿਬਾਨ ਦੀ ਘੇਰਾਬੰਦੀ ਕੀਤੀ, ਮਜਨੂ ਕੇ ਟਿੱਲੇ ਦੀ ਘੇਰਾਬੰਦੀ ਕੀਤੀ। ਅਸੀਂ ਗੱਡੀਆਂ ਛੱਡ ਕੇ ਇਕੱਲੇ ਇਕੱਲੇ ਹੋ ਕੇ ਆਟੋ 'ਤੇ ਬੈਠ ਕੇ ਕੁੱਡਲੀ ਪਹੁੰਚੇ, ਜਿੱਥੇ ਸਾਰਾ ਪੰਜਾਬ ਦਾ ਕਿਸਾਨ ਅਤੇ ਮਜ਼ਦੂਰ ਬੈਠਾ ਵਾ। ਜੇ ਗੁਰਦੁਆਰਿਆਂ ਦੀ ਘੇਰਾਬੰਦੀ ਕੀਤੀ ਆ ਤਾਂ ਵੀ ਉਹਦੇ ਵਿੱਚ ਇੱਥੋਂ ਦੇ ਗੁਰਦੁਆਰੇ ਦੇ ਪ੍ਰਬੰਧ ਕਰਨ ਵਾਲੇ ਮਨਜਿੰਦਰ ਸਿੰਘ ਸਿਰਸੇ ਵਰਗੇ ਬਰਾਬਰ ਦੇ ਜ਼ਿੰਮੇਵਾਰ ਆ। ਅਗਰ ਗੁਰਦੁਆਰਿਆਂ ਦੀ ਘੇਰਾਬੰਦੀ ਕਰਕੇ ਸਰਾਵਾਂ ਦੀ ਤਲਾਸੀ ਲਈ ਜਾ ਰਹੀ ਆ, ਬਾਥਰੂਮਾਂ 'ਚ ਦੇਖਿਆ ਜਾ ਰਿਹਾ ਵੀ ਪੰਜਾਬ ਦੇ ਲੋਕ ਕਿਹੜੇ ਆ, ਇੱਥੇ ਨੌਜਵਾਨ ਜਿਹੜੇ ਆਪਦੇ ਕਾਰੋਬਾਰਾਂ ਲਈ ਕਿਉਂਕਿ ਜਾਮ ਲੱਗ ਗਿਆ ਇੱਥੇ ਬੈਠੇ ਆ, ਉਹਨਾਂ ਨੂੰ ਪੁੱਛਿਆ ਜਾ ਰਿਹਾ ਵੀ ਤੁਸੀਂ ਕਿਉਂ ਨਹੀਂ ਜਾ ਰਹੇ, ਤਾਂ ਇੱਥੋਂ ਦਾ ਜਿਹੜਾ ਰੂਲਿੰਗ ਆ ਗੁਰਦੁਆਰਾ ਕਮੇਟੀ ਦਾ, ਉਹ ਬਾਦਲ ਦੇ ਟੱਬਰ 'ਤੇ ਬਕਾਇਦਾ ਨਰਿੰਦਰ ਮੋਦੀ ਦਾ ਏਜੰਡਾ ਲਾਗੂ ਕਰ ਰਿਹਾ ਵਾ। ਜੀ ਬਹੁਤ ਬਹੁਤ ਸ਼ੁਕਰੀਆ ਜੀ। ਇਹਨਾਂ ਦਾ ਇਲਜ਼ਾਮ ਹੈ ਕਿ ਬਾਦਲਾਂ ਦੀ ਹਕੂਮਤ 'ਤੇ ਜਿਹੜਾ ਇਹ ਸਭ ਕੁਛ ਹੋ ਰਿਹਾ। ਧੰਨਵਾਦ।